ਪੰਜਾਬੀ ਗਾਇਕ ਐਲੀ ਮਾਂਗਰ ਨੂੰ ਅੱਜ ਮਾਣਯੋਗ ਕੋਰਟ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਉਸ ਦੀ ਜ਼ਮਾਨਤ ਯਾਚਿਕਾ ਨੂੰ ਮਨਜ਼ੂਰ ਕਰ ਲਿੱਤਾ ਗਿਆ। ਐਲੀ ਮਾਂਗਰ ਦੇ ਨਾਲ ਉਸਦੇ ਦੋਸਤ ਭੁਪਿੰਦਰ ਦੀ ਵੀ ਜ਼ਮਾਨਤ ਯਾਚਿਕਾ ਮਨਜ਼ੂਰ ਕਰਦੇ ਹੋਏ ਸੁਣਵਾਈ ਕਰਦੇ ਹੋਏ ਅੱਜ ਮਾਣਯੋਗ ਕੋਰਟ ਵੱਲੋਂ ਦੋਨਾਂ ਦੀ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਉਹਨਾਂ ਦੀ ਮਨਜ਼ੂਰ ਕਰ ਲਿੱਤੀ ਗਈ ਹੈ। ਗੌਰਤਲਬ ਹੈ ਕਿ 27 ਨਵੰਬਰ ਤੱਕ ਐਲੀ ਮਾਂਗਰ ਨੂੰ ਪਹਿਲਾਂ ਅੰਤਰਿਮ ਜਿਹੜੀ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੀ ਹੋਈ ਸੀ ਕੋਰਟ ਵੱਲੋਂ, ਉਸ ਤੋਂ ਪਹਿਲਾਂ 26 ਨਵੰਬਰ ਨੂੰ ਐਲੀ ਮਾਂਗਰ ਵੱਲੋਂ ਜਿਹੜੀ ਤਫਤੀਸ਼ ਦੇ ਵਿੱਚ ਜੁਆਇਨ ਕਰਦੇ ਹੋਏ ਆਪਣੇ ਬਿਆਨ ਦਰਜ ਕਰਵਾਏ ਸੀ ਪੁਲਿਸ ਵੱਲੋਂ, ਜਿਸ ਤੋਂ ਬਾਅਦ 4 ਦਸੰਬਰ ਤੱਕ ਐਲੀ ਮਾਂਗਰ ਦੀ ਗ੍ਰਿਫਤਾਰੀ ਉੱਤੇ ਰੋਕ ਸੀਗੀ। ਅੱਜ 4 ਦਸੰਬਰ ਨੂੰ ਅਗਲੀ ਸੁਣਵਾਈ ਕਰਦੇ ਹੋਏ ਮਾਂਯੋਗ ਕੋਰਟ ਵੱਲੋਂ ਐਲੀ ਮਾਂਗਰ ਅਤੇ ਦੋਸਤ ਦੀ ਜ਼ਮਾਨਤ ਯਾਚਿਕਾ ਜਿਹੜੀ ਦਾਇਰ ਕੀਤੀ ਗਈ ਉਸ 'ਤੇ ਸੁਣਵਾਈ ਕਰਦੇ ਹੋਏ ਅੱਜ ਉਹਨਾਂ ਨੂੰ ਦੋਨਾਂ ਨੂੰ ਫੌਰੀ ਰਾਹਤ ਦਿੰਦੇ ਹੋਏ ਜੋ ਉਹਨਾਂ ਦੀ ਜ਼ਮਾਨਤ ਯਾਚਿਕਾ ਮਨਜ਼ੂਰ ਕਰ ਲਿੱਤੀ ਗਈ ਹੈ। ਅਤੇ ਕੁੱਲ ਮਿਲਾ ਕੇ ਹਵਾਈ ਫਾਇਰਿੰਗ ਕੇਸ ਦੇ ਵਿੱਚ ਹੁਣ ਐਲੀ ਮਾਂਗਰ, ਉਸਦੇ ਦੋਸਤ ਭੁਪਿੰਦਰ ਅਤੇ ਉਹਨਾਂ ਦੇ ਪਿਤਾ, ਤਿੰਨਾਂ ਦੀ ਜ਼ਮਾਨਤ ਯਾਚਿਕਾ ਜਿਹੜੀ ਮਨਜ਼ੂਰ ਹੋ ਚੁੱਕੀ ਹੈ। ਅਤੇ ਇਸ ਕੇਸ ਦੇ ਵਿੱਚ ਹੁਣ ਅਗਲੀ ਰਣਨੀਤੀ ਕੀ ਰਹੂੰਗੀ, ਇਹ ਆਉਣ ਵਾਲੇ ਟਾਈਮ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤੇ ਜਾਏ ਗਏ ਚਲਾਨ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਪੁਲਿਸ ਕਿਸ ਤਰ੍ਹਾਂ ਦਾ ਚਲਾਨ ਕੋਰਟ ਦੇ ਵਿੱਚ ਪੇਸ਼ ਕਰਦਾ ਹੈ ਅਤੇ ਅਗਲੀ ਸੁਣਵਾਈ ਕਦੋਂ ਹੁੰਦੀ ਹੈ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ, TV ਲੁਧਿਆਣਾ।